किस रिकॉर्डिंग च किया मैं तुहानूं इह उहदे विच किहा सीगा कि जिहड़े इह बंदे ने जिन्हां ने मिसगाइड कीता है मिसगाइड नहीं कीता तुसीं किहा सीगा ਆਪਾਂ ਹੁਣ ਇਸ ਗੱਲ ਨੂੰ ਅੱਗੇ ਵੀ ਪ੍ਰੋਸੀਡ ਕਰੀਏ ਕੁਛ ਹੋਰ ਵੀ ਤੁਸੀਂ ਪੁੱਛ ਲਓ ਪਰਿਵਾਰ ਮਿਲ ਗਿਆ ਹਾਂਜੀ ਹਾਂਜੀ ਨਹੀਂ ਪੁੱਛੋ ਨਹੀਂ ਪੁੱਛੋ ਦੇਖੋ ਮੇਰੀ 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 ਇੱਕ ਬੇਨਤੀ ਸੁਣੋ ਅਸੀਂ ਤੁਹਾਨੂੰ ਪ੍ਰੈਸ ਨੋਟ ਦੇਵਾਂਗੇ ਜੀ ਸਾਡਾ ਸਾਰਿਆਂ ਦੇ ਰਿਸ਼ਤੇ ਦਾ ਹਾਂਜੀ ਲੈ 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 ਤੁਹਾਨੂੰ ਪ੍ਰੈਸ ਨੋਟ ਚੋਂ ਮੈਂਸ਼ਨ ਹੈ ਪ੍ਰੈਸ ਨੋਟ ਦੇ ਵਿੱਚੋਂ ਮੈਂਸ਼ਨ ਹੈ ਜੀ कारण ही दुआ उस फकीर की बहुत गुड आफ्टरनून और सारे तह दिलो शुक्र गुजार हाँ ਭਾਜੀ ਨੇ ਕੁਸਚਨ ਕੀਤਾ ਹੈ ਕਿ 2 ਵਜੇ ਦਾ ਟਾਈਮ ਸੀ ਤਾਂ ਭਾਜੀ ਮੇਰੀ ਤੁਹਾਡੇ ਜਿਨ੍ਹਾਂ ਦਾ ਨੰਬਰ ਹੈ ਉਹਦੇ ਉੱਪਰ ਤਾਂ ਮੈਂ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਕੁਛ ਚੱਲਦਾ ਪਿਆ ਅਤੇ ਆਪਾਂ ਇਹਨੂੰ ਥੋੜ੍ਹਾ ਲੇਟ ਮੈਂ ਉਹਨਾਂ ਨੂੰ 2:30 ਵਜੇ ਦਾ ਪਹਿਲਾਂ ਹੀ ਕਿਹਾ ਹੋਇਆ ਸੀ ਉਹ ਕਲੀਅਰ ਸੀ ਨਹੀਂ ਸਰ ਇੱਕ ਟ੍ਰੈਫਿਕ ਲਈ 10-15 ਮਿੰਟ ਲੱਗ ਜਾਂਦੇ ਨੇ ਤੁਹਾਡੀਆਂ ਦੁਆਵਾਂ ਨੇ ਮਹਾਰਾਜ ਅਸੀਂ ਤਾਂ ਤੁਹਾਡੇ ਸਾਹਮਣੇ ਅੱਜ ਆਪਣੇ ਪਰਿਵਾਰ ਦੇ ਸਾਹਮਣੇ ਹੀ ਜੇ ਦੁੱਖ ਰੱਖਿਆ ਸੀ ਤੇ ਇਕੱਠੇ ਵੀ ਤੁਹਾਡੇ ਸਾਹਮਣੇ ਹੀ ਹੋ ਰਹੇ ਆ मैं तुहानू गल दसदा जी अगर एदा दा कुछ भी हुंदा बहुत ज्यादा नहीं हुंदा भाजी तुसी भी फैमिली हो ज्योति जी दी दुख थोड़े अगर वो क्लीयर कर दिता कि उन्होंने मतलब इदा तो नहीं भाजी गुस्से के अपने घर च भी बहुत कुछ होता ना ही तो तुम भी सारे मैं जानते हो 8 साल तो ज्योति जी को जानते हो और असी साढ़े इस चीज़ों तो 4-5 दिन पहला असी अपना रेगूलर शोज कर रहे थे तुम देख रहे हो लाइव है सब कुछ तो एकदम कुछ भाजी मिसअंडरसटैंडिंग क्रिएट हो जाए ना जिड़िया तो वह अगर ज्योति जी ने अपनी फैमिली समझ के ते शेयर किया आपस ਨਸ਼ੇ ਦਾ ਐਲੀਗੇਸ਼ਨ ਹੋਣਾ ਬੜੀ ਵੱਡੀ ਗੱਲ ਹੈ ਪੰਜਾਬ ਦੇ ਨਸ਼ੇ ਦਾ ਮੁੱਦਾ ਚੱਲਦਾ ਪਿਆ ਔਰ ਇੱਕ ਆਈਕਨ ਜਿਹੜੇ ਨੇ ਉਹ ਤੁਸੀਂ ਦੇਸ਼ ਦੇ ਲਈ ਬਹੁਤ ਕੁਝ ਕਰਦੇ ਹੋ ਗਾਉਂਦੇ ਹੋ ਔਰ ਉੱਠ ਕੇ ਸੂਫੀ ਗਾਇਕੀ ਕਰਦੇ ਹੋ ਵੱਡੀ ਗੱਲ ਹੈ ਗਾਉਂਦੇ ਹੋ ਵੱਡੀ ਗੱਲ ਦੇਖੋ ਕਿਸ ਫੈਮਿਲੀ ਨੂੰ ਬਿਲੋਂਗ ਕਰਕੇ ਕਿਹੜੀ ਤਾਲੀਮ ਲੈ ਕੇ ਤੁਸੀਂ ਇੱਥੇ ਪਹੁੰਚੇ ਹੋ ਔਰ ਐਡਾ ਤੇ ਫੇਕ ਐਲੀਗੇਸ਼ਨ ਤਾਂ ਲਾ ਹੀ ਨਹੀਂ ਸਕਦੇ ਕੁਝ ਤੇ ਗੜਬੜ ਹੈ ਸਰ ਗੜਬੜ ਕੀ ਹੋ ਸਕਦੀ ਹੈ ਤੁਸੀਂ ਕਲੀਅਰ ਕਰ ਦਿੰਦੇ ਫਿਰ ਇੰਨੇ ਦਿਨ ਦੇ ਵਿੱਚ ਮਹਾਰਾਜ ਦੀ ਕਿਰਪਾ ਹੈ ਤੁਹਾਡੀ ਵਾਈਫ ਸਰ ਆ ਕਲੀਅਰ ਹੈ ਅਸੀਂ ਇਕੱਠੇ ਬੈਠੇ ਹਾਂ झूठ बोल के नहीं झूठ बोल के नहीं पाजी झूठ बोल के देखो मेरी गल सुनो पहला पाजी चलो और सवाल पूछो मैं मेरी गल सुनो नहीं नहीं ਉਹਨਾਂ ਨੂੰ ਸਵਾਲ ਪੁੱਛ ਲਾ ਦੋ ਸਵਾਲ ਪੁੱਛਣ ਲੱਗੇ ਸਵਾਲ ਹਾਂਜੀ ਬਾਜੀ ਪੀਸੀ ਜਿਹੜੀ ਕਰ ਰਹੇ ਹੋ ਕਿਉਂ ਕਰ ਰਹੇ ਹੋ देखो तुसी मेरी फैमिली हो ठीक है जो मैं कोई दुख सीगा तो मैं थोड़े को आई अज असी दोनों कट्ठे हाँ और थोड़िया सारिया दुआवां ने तो कुछ इन्हां दे विच जे हैबिट्स आ जे कोई स्मोकिंग करदे जां कुछ भी होए मैनू कहा उन्होंने कि मैं सब कुछ ठीक करूँगा बस दैट्स इट ਗੁੱਸਾ ਤਾਂ ਵਾਈਫ ਹੁਣ ਦੇਖੋ ਤੁਹਾਡੀ ਵਾਈਫ ਨੇ ਤੁਹਾਡੀਆਂ ਵਾਈਫ ਕੁਝ ਗਲਤ ਮੇਰੀ ਪਲੀਜ਼ ਗੱਲ ਸੁਣ ਲਓ ਜੇ ਕੁਝ ਗਲਤੀ ਹੋਊਗੀ ਤਾਂ ਆਪਾਂ ਇਹਦਾ ਮਤਲਬ ਕਰ ਦੇ ਵਾਈਫ ਨੂੰ ਵਾਈਫ ਆਪਣੇ ਹਸਬੰਡ ਨੂੰ ਬੋਲੂਗੀ ਠੀਕ ਹੈ ਜਾਂ ਹਸਬੰਡ ਦੇ ਵਿੱਚ ਕੋਈ ਗਲਤ ਫਹਿਮੀ ਹੋਊਗੀ ਤਾਂ ਆਪਣੀ ਵਾਈਫ ਨੂੰ ਕਹੂਗਾ ਨਹੀਂ ਜੋਤੀ ਦੀ ਗੱਲ ਹੈ ਤੁਸੀਂ ਹੁਣ ਵੀ ਕਿਹਾ ਸਮੋਕਿੰਗ ਜਾਂ ਕੋਈ ਹੋਰ ਹੈਬਿਟ ਹੈਬਿਟਸ ਮੀਨਸ ਅਗਰ ਗੁੱਸਾ ਜਾਂ ਮਿਸਅੰਡਰਸਟੈਂਡਿੰਗ ਸਾਡੇ ਵਾਈਫ ਹਸਬੰਡ ਦੇ ਵਿੱਚ ਹੈ ਤਾਂ ਉਹ ਨਹੀਂ ਹੋਣਗੀਆਂ ਕਿਉਂਕਿ ਤਾਂ ਤਲਾਕ ਵਾਲਾ ਕੇਸ ਮੇਰੀ ਗੱਲ ਸੁਣੋ ਭਾਜੀ ਮੇਰੀ ਗੱਲ ਸੁਣੋ ਸਰ ਹਸਬੰਡ ਲਾਗ ਦਾ ਕੇਸ ਆ ਰਿਹਾ ਟਾਈਮ ਤੇ ਆ ਕੇ ਫਾਈਲ ਹੋਇਆ ਹਾਂ ਗੱਲ ਸੁਣੋ ਨਸ਼ੇ ਦੀ ਤੇ 20 ਕਰੋੜ ਰੁਪਏ ਦੀ ਹੈ ਜਿਹੜੀ ਤੁਸੀਂ ਐਲੀਗੇਸ਼ਨ ਲਾਈ ਸੀ ਕੋਈ
सब चाहते हो ना भाजी परिवार वसन तुसी वसाया तुसी नेगेटिविटी कोई नहीं फैलाई कुछ बंदे मैं क्या बाबा जी कोई गल नहीं मेरी वाइफ ने जे गुस्सा सी मैं तेरे सामने सॉरी फील की उन्होंने गल गल रखनी सी प्रेस क्लब भाजी मैं हुण तुहानूं ओह चीज़ां क्लीयर रब करूगा इन्हां ने घर च ही करनी सी कुछ बंदे ना जदों मिसगाइड करदे आ ना मैं नाम लूंगा वह वक्त दसूगा ਸਾਡੀ ਜੋੜੀ ਦੱਸੂਗੀ ਵਕੀਲ ਸਾਹਿਬ ਨੇ ਮਿਸਗਾਈਡ ਕਰ ਦਿੱਤਾ ਨਾ ਵਕੀਲ ਸਾਹਿਬ ਨੇ ਤਾਂ ਮਿਲਵਾਇਆ ਸਾਨੂੰ ਫਿਰ ਦੱਸੋ ਨਾ ਤਲਾਕ ਤੋਂ ਉਹਨਾਂ ਨੇ ਫਾਈਲ ਕੀਤਾ ਵਾ ਉਹ ਪਾਜੀ ਇਸ ਤਰ੍ਹਾਂ ਨਾ ਐਲੀਗੇਸ਼ਨ ਲਾਓ ਨਹੀਂ 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 ਵਕੀਲਾਂ ਦੇ ਉੱਤੇ ਇਦਾਂ ਦੀ ਵਕੀਲ ਉੱਤੇ ਕਿਉਂ ਲੱਗੂਗੇ ਪਾਜੀ ਪਾਜੀ ਆਪਾਂ ਹੁਣ ਇਸ ਗੱਲ ਨੂੰ ਅੱਗੇ ਵੀ ਪ੍ਰੋਸੀਡ ਕਰੀਏ ਕੁਝ ਹੋਰ ਵੀ ਤੁਸੀਂ ਪੁੱਛ ਲਓ ਪਰਿਵਾਰ ਮਿਲ ਗਿਆ ਹਾਂਜੀ ਇਹਨਾਂ ਨੇ ਪੁੱਛੋ ਨਹੀਂ ਨਹੀਂ ਪੁੱਛੋ ਦੇਖੋ ਮੇਰੀ 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 ਇੱਕ ਬੇਨਤੀ ਸੁਣੋ ਅਸੀਂ ਮੇਰੇ ਨਹੀਂ ਨਹੀਂ ਐਡਰੈਸ ਦੀ ਨਹੀਂ ਗੱਲ ਚਲੋ ਚਲੋ ਮੈਂ ਨਹੀਂ ਕਰਦਾ ਹਾਂ ਨਹੀਂ ਨਹੀਂ ਚਲੋ ਮੈਂ ਉਹਨਾਂ ਨੂੰ ਬੋਲ ਲੈਂਦਾ ਬਟ ਚਲੋ ਕੋਈ ਨਹੀਂ ਆਪਾਂ ਨਹੀਂ ਨਹੀਂ ਚਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਠੀਕ ਹੈ ਜੀ ਕੋਈ ਗੱਲ ਨਹੀਂ ਉਸ ਰੰਗ ਦੇ ਵਿੱਚ ਪੀਰਾਂ ਨੂੰ ਕਿਹਨਾਂ ਨੂੰ ਗਾਲਾਂ ਕੱਢਦੇ ਹੋ ਉਹ ਜਿਹੜਾ ਕਲੀਅਰ ਕਰੋਗੇ ਕਿਸ ਰਿਕਾਰਡਿੰਗ ਚ ਕਿਹਾ ਉਹ ਤੁਹਾਨੂੰ ਹੁਣੇ ਪਲੇ ਕਰਕੇ ਸੁਣਾ ਦਿੰਦੇ ਆ ਜੀ ਮੈਂ ਤੁਹਾਨੂੰ ਇਹ ਉਹਦੇ ਵਿੱਚ ਕਿਹਾ ਸੀਗਾ ਕਿ ਜਿਹੜੇ ਇਹ ਬੰਦੇ ਨੇ ਜਿਨ੍ਹਾਂ ਨੇ ਮਿਸਗਾਈਡ ਕੀਤਾ ਹੈ ਮਿਸਗਾਈਡ ਨਹੀਂ ਕੀਤਾ ਤੁਸੀਂ ਕਿਹਾ ਸੀਗਾ ਜਦੋਂ ਇਹ ਪ੍ਰੋਗਰਾਮ ਤੇ ਜਾਣ ਵੇਲੇ ਹੁੰਦੇ ਸੀਗੇ ਕਿੱਦਾਂ ਕਿਹਨੂੰ ਗਾਲਾਂ ਕੱਢਦੇ ਸੀਗੇ ਜੀ ਉਹ ਆਪਾਂ ਹੁਣ ਪਲੇ ਕਰ ਦਿੰਦੇ ਆ ਸਾਰੇ ਸੁਣ ਲੈਣਗੇ ਜੀ ਉਹ ਆਪਾਂ ਕਲੀਅਰ ਮੰਗਦੇ ਵੀ ਉਹ ਕਿਹੜੇ ਕਿਹਨਾਂ ਨੂੰ ਗਾਲਾਂ ਕੱਢਦੇ ਹੁਣ ਬਾਜੀ ਮੇਰੀ ਗੱਲ ਤੁਸੀਂ ਦੱਸਿਓ ਜਦੋਂ ਗੱਲ ਇੱਥੇ ਤੱਕ ਜਦੋਂ ਕੁਝ ਬੰਦੇ ਮਿਸਗਾਈਡ ਕਰਦੇ ਪਏ ਆ ਉਹ ਇੰਨਾ ਕੁਝ ਬਲਵਾ ਸਕਦੇ ਆ ਮੈਂ ਤੁਹਾਡੇ ਨਾਲ ਕਿਸੇ ਨਾਲ ਲਾਈਵ ਤਾਂ ਨਹੀਂ ਆਇਆ ਕਿਉਂ ਮੇਰੀ ਵਾਈਫ ਔਰ ਮੈਂ ਜੁੜਨਾ ਸੀ ਤੁਸੀਂ ਜੁੜਾਇਆ ਸਰ ਮੈਂ ਮੈਂਬਰਾਂ ਦੇ ਵਿੱਚ ਖੜ ਕੇ ਗੱਲ ਕਰਦਾ ਪਿਆ ਮੈਂ ਆਪਣੇ ਮਨੋਂ ਤਾਂ ਕਰੂੰਗਾ ਨਹੀਂ ਜੀ ਆਪਣੇ ਮਨੋਂ ਦਾ ਹੀ ਗੱਲ ਕਰੂੰਗਾ ਨਹੀਂ ਠੀਕ ਹੈ ਨਾ ਵੱਡੀ ਗੱਲ ਆ ਕਿ ਸੂਫੀ ਥਾਵਾਂ ਤੇ ਜਾ ਕੇ ਤੁਸੀਂ ਆਪਣੇ ਪ੍ਰੋਗਰਾਮ ਦਿੰਦੇ ਹੋ ਜੀ ਉਸੇ ਸੂਫੀ ਅਸ਼ੀਰਵਾਦ ਤੱਕ ਪਹੁੰਚੋ ਫਿਰ ਮੈਂ ਤੁਹਾਨੂੰ ਕੁਝ ਦਿਖਾਇਆ ਕਿਉਂ ਨਹੀਂ ਫਿਰ ਮੈਂ ਤੁਹਾਨੂੰ ਕੁਝ ਦਿਖਾਇਆ ਕਿਉਂ ਨਹੀਂ ਇਹ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਉਸ ਜਿਹੜਾ ਗੰਦਾ ਐਲੀਗੇਸ਼ਨ ਬਾਜੀ ਐਲੀਗੇਸ਼ਨ ਨਹੀਂ ਮੀਡੀਆ ਯੂਜ਼ ਕਰਨ ਲਈ ਕਿਉਂਕਿ ਬਾਜੀ ਮੀਡੀਆ ਅਸੀਂ ਯੂਜ਼ ਨਹੀਂ ਕਰ ਸਕਦੇ ਅਸੀਂ ਮੀਡੀਆ ਦੇ ਸਿਰ ਤੇ ਹੀ ਸਭ ਕੁਝ ਆ ਜੋਤੀ ਜੀ ਕੇਸ ਵਾਪਸ ਲੈ ਲਿਆ ਹਾਂਜੀ ਵਾਪਸ ਲੈ ਲੈ ਹਾਂਜੀ ਤੁਹਾਡੀਆਂ ਦੋ ਤੁਹਾਨੂੰ ਪ੍ਰੈਸ ਨੋਟ ਦਵਾਂਗੇ ਜੀ ਸਾਡਾ ਸਾਰਿਆਂ ਦੇ ਰਿਸ਼ਤੇ ਦਾ ਹਾਂਜੀ ਲੈ 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 ਤੁਹਾਨੂੰ ਪ੍ਰੈਸ ਨੋਟ ਚੋਂ ਮੈਂਸ਼ਨ ਹੈ ਪ੍ਰੈਸ ਨੋਟ ਦੇ ਵਿੱਚੋਂ ਮੈਂਸ਼ਨ ਹੈ ਜੀ ਪ੍ਰੈਸ ਨੋਟ ਹੀ ਤੁਹਾਡੇ ਤੋਂ ਸੁਣਦਾ ਜਾਂਦਾ ਹਾਂਜੀ ਦੀ ਰਿਕਾਰਡਿੰਗ ਹੋ ਰਹੀ ਹੈ ਜੋਤੀ ਜੀ ਅੱਜ ਸੀ ਸਾਰੀਆਂ ਖਤਮ ਕਰ ਦਵਾਂਗੇ ਜੀ ਥੈਂਕ ਯੂ ਬੋਲਿਆ ਗਿਆ ਤਾਂ ਜੇ ਕੁਛ ਵੀ ਮੈਨੂੰ ਕੋਈ ਮਿਸਅੰਡਰਸਟੈਂਡਿੰਗ ਲੱਗੀ ਜਾਂ ਇਹਨਾਂ ਨੂੰ ਲੱਗੀ ਤਾਂ ਬਾਕੀ ਤੁਹਾਡੀਆਂ ਬਾਕੀ ਮੈਂ ਤੁਸੀਂ ਮੇਰਾ ਪਰਿਵਾਰ ਹੋ ਭਾਜੀ ਅਸੀਂ ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਹਾਂ ਮੈਂ ਇੱਕ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਤੁਸੀਂ ਬਹੁਤ ਸਾਥ ਦਿੱਤਾ ਸਾਨੂੰ ਤੋੜਨ ਲਈ ਇੱਕ ਵੀ ਚੀਜ਼ ਨਹੀਂ ਲਿਖੀ ਕਿਸੇ ਮੀਡੀਆ ਨੇ ਭਾਜੀ ਨੇ ਜਾਂ ਤੁਸੀਂ ਕਿਸੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਭਾਜੀ ਦਿਲ ਤੋਂ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਕੁਛ ਵੀ ਇੱਦਾਂ ਦਾ ਨਹੀਂ ਲਿਖਿਆ ਸਾਡੇ ਕ੍ਰੋਸ 'ਚ ਔਰ ਕੋਈ ਵੀ ਭਾਜੀ ਅਗਰ ਕੋਈ ਤੁਹਾਡੇ ਕੋਲ ਹੈਲਪ ਲਈ ਜਾਂ ਤੁਹਾਡੇ ਕੋਲ ਸਲਾਹ ਲਈ ਆਉਂਦਾ ਨਾ ਸਾਡੀ ਆਰਟਿਸਟ ਜਾਂ ਕੋਈ ਵੀ ਤਾਂ ਆਪਾਂ ਹਮੇਸ਼ਾ ਜੋੜਨ ਦੀ ਕੋਸ਼ਿਸ਼ ਕਰੀਏ ਇਹ ਭਾਜੀ ਤੁਹਾਡੀ ਦੁਆਵਾਂ ਨਾਲ ਹੀ ਅਸੀਂ 6 ਦਿਨ ਬਾਅਦ ਮਿਲ ਗਏ ਹਾਂ ਨਹੀਂ ਤਾਂ ਪਤਾ ਨਹੀਂ ਕੀ ਹੁੰਦਾ ਇਹ ਸਿਰਫ ਤੁਸੀਂ ਸਭ ਨੇ ਦੇਖੇ ਕਮੈਂਟਸ ਕਿ ਸਾਨੂੰ ਤੋੜ ਕੇ ਕੋਈ ਖੁਸ਼ ਨਹੀਂ ਸੀ ਔਰ ਮੈਂ ਭਾਜੀ ਤੁਹਾਡਾ ਸਾਰੇ ਮੀਡੀਆ ਦੇ ਮੂਹਰੇ ਜੋ ਵੀ ਮਿਸਅੰਡਰਸਟੈਂਡਿੰਗ ਸੀਗੀਆਂ ਅਗਰ ਤਾਂ ਮੈਂ ਸੌਰੀ ਫੀਲ ਕਰਦਾ ਜੋਤੀ ਜੀ ਇਸ ਚੀਜ਼ ਦੇ ਲਈ ਮੈਂ ਖੁਦ ਸੌਰੀ ਫੀਲ ਕਰਦਾ ਜੋਤੀ ਜੀ ਉਦੋਂ ਤੁਸੀਂ ਇੱਕ ਗਵਾਹ ਲੈ ਕੇ ਆਏ ਸੀ ਨਾਲ ਬਾਬਾ ਜੀ ਸੀਗੇ ਵਕੀਲ ਸਾਹਿਬ ਵੀ ਬੈਠੇ ਸੀਗੇ ਉਹ ਫਿਰ ਗਵਾਹ ਕਿੱਥੇ ਮਤਲਬ ਉਹ ਪੈਸੇ ਚਲੋ ਉਹਨਾਂ ਨੇ ਵੀ ਸਿਰ ਜੁੜਾਉਣ ਚ ਬਹੁਤ ਸਾਥ ਦਿੱਤਾ ਸਾਰੇ ਫਕੀਰਾਂ ਨੇ ਬਹੁਤ ਸਾਥ ਦਿੱਤਾ ਉਹਨਾਂ ਦਾ ਇਹਦਾ ਚ ਨਹੀਂ ਦੇਖੋ ਭਾਜੀ ਇੱਕ ਚੀਜ਼ ਆ ਇਹਨਾਂ ਦਾ ਬਹੁਤ ਨਾਮ ਹੈ ਤਾਂ ਇਹਨਾਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ ਸਾਰਿਆਂ ਦਾ ਮੈਂ ਇਹਨਾਂ ਤੋਂ ਹੀ ਬਣਿਆ
ਇਹਨਾਂ ਨੇ ਮੈਨੂੰ ਬਣਾਇਆ। ਉਹਨਾਂ ਨੇ ਮਨ ਵੀ ਭਰਿਆ, ਅੱਖਾਂ ਵੀ ਭਰੀਆਂ ਹੋਈਆਂ ਸੀ, ਉਹਦਾ ਜ਼ਰੂਰ ਚਾਹਾਂਗੇ ਉਹਨਾਂ ਦੇ ਮਨ ਚ ਕੀ ਚੱਲ। ਤੁਸੀਂ ਭਾਜੀ, ਤੁਹਾਨੂੰ ਸਾਰਿਆਂ ਨੂੰ ਲਵ ਯੂ ਆ, ਤੁਸੀਂ ਮਿਲਾ ਦਿੱਤਾ ਬਹੁਤ ਵੱਡੀਆਂ ਦੁਆਈਆਂ। ਉਹਦੇ ਰੇਡੀਓ ਕਿਉਂ ਆ ਫਿਰ ਸਾਡੇ ਕੋਲ ਨਾਲ ਪਾਸੇ ਤੇ ਤੁਸੀਂ ਐਡੀ ਨਹੀਂ ਲਾਪੇ, ਗੁੱਸੇ ਚ ਹੋ ਜਾਂਦਾ ਆ। ਤੁਸੀਂ ਸਾਡੇ ਕੋਲ ਭਾਬੀ ਜੀ ਨੂੰ ਲੈ ਆਵੇ, ਤੁਹਾਡੀ ਗਲਤੀ ਹੋਵੇ ਤਾਂ ਕੰਮ ਹੀ ਨਹੀਂ ਕੁਛ ਦੱਸੋ। ਨਹੀਂ ਕੋਈ ਨੀ, ਮੈਂ ਬੱਚਾ ਨਹੀਂ, ਇਹ ਗੁੱਸਾ ਮੇਰੇ ਤੇ ਆਉਂਦਾ। ਔਰ ਤੁਸੀਂ ਕਲੀਅਰ ਕਰ ਦਿੰਦੇ ਹੋ, ਸੂਫੀ ਸਿੰਗਰ ਸਾਡਾ, ਸੂਫੀ ਸਿੰਗਰ। ਚਲੋ ਮੈਂ ਇਹਨਾਂ ਦੇ ਸਾਹਮਣੇ ਕਹਿੰਦੀ ਠੀਕ ਆ, ਇਹ ਭਾਬੀ ਮੰਗੋ ਜੇ ਉਹ ਡਰਗ ਨਹੀਂ ਲੈਂਦੇ ਦਾ। ਨਹੀਂ, ਮੇਰਾ ਬੱਚਾ, ਮੇਰਾ ਬੱਚਾ, ਇਹ ਮੇਰਾ ਬੱਚਾ ਹੈ। ਔਰ ਮੈਂ ਬੱਚਿਆਂ ਵਾਂਗੂ ਭਾਜੀ ਚਾਹਿਆ, ਲੋਕਾਂ ਨੇ ਨਾ ਉੱਥੇ ਤੱਕ ਕਰ ਦਿੱਤਾ। ਮੈਂ ਤੁਸੀਂ ਰਿਕੁਐਸਟ ਹੈ ਸਾਰਿਆਂ ਨੂੰ ਭਾਜੀ। ਯਾਰ ਮੈਂ ਅੱਜ ਕੱਲ ਦਾ ਪੰਕਜ ਭਾਜੀ ਨੂੰ ਵੀ ਕਿਹਾ, ਕਈ ਬੰਦਿਆਂ ਨੇ ਰਿਪੋਰਟ ਹੀ ਨੀ ਕੀਤਾ, ਉਹ ਕਹਿੰਦੇ ਯਾਰ ਮੈਂ ਨਹੀਂ ਕਰਨਾ। ਸੱਚੀ ਭਾਜੀ, ਸੱਚੀ ਭਾਜੀ, ਔਰ ਉਹਨਾਂ ਨੇ ਮੈਨੂੰ ਵੀ ਰੋਕ ਦਿੱਤਾ। ਸੱਚੀ ਭਾਜੀ ਕਹਿੰਦੇ ਐ ਐ ਕਿਸੇ ਦੇ ਬਹਿਕਾਵੇ ਤੇ ਬੋਲ ਹੀ ਰਹੀ ਹੈਗੀ, ਲੇਕਿਨ ਸਾਨੂੰ ਸੀਗਾ ਕਿ ਡਰਗ ਦੇ ਐਲੀਗੇਸ਼ਨ ਝੂਠੇ ਜੀ ਹੈਗੇ ਨੇ। ਬੱਚੇ ਆ ਤੁਹਾਡੇ, ਤੁਹਾਨੂੰ ਵੀ ਪਤਾ ਸੀ, ਤੁਹਾਡੇ ਵਕੀਲ ਸਾਹਿਬ ਨਾਲ ਵੀ ਲੜਾਈ ਹੋਈ ਇਸੇ ਗੱਲ ਦੀ, ਤੇ ਤੁਸੀਂ ਪਟੀਸ਼ਨ ਕਿੱਦਾਂ ਫਾਈਲ ਕੀਤੀ ਹੋ? ਇਹਨਾਂ ਨੇ ਤਾਂ ਹੀ ਮੈਨੂੰ ਕਿਹਾ ਕਿ ਤੁਸੀਂ ਨਾ ਬੋਲੋ, ਹੈਗੇ ਮੇਰੇ ਬ੍ਰਦਰ ਹੀ ਆ ਵੱਡੇ, ਸਵੇਰੇ ਮੇਰੇ ਨਾਲ ਇਹ ਚਾਹ ਵੀ ਪੀ ਕੇ ਗਏ ਤੇ ਮੇਰੇ ਨਾਲ ਬਹਿਸ ਕੇ ਵੀ ਗਏ। ਚਲੋ, ਵੀ ਆਰ ਫੈਮਿਲੀ, ਮੀਡੀਆ ਐਂਡ ਸਾਰੇ ਅਸੀਂ ਫੈਮਿਲੀ ਆ। ਔਰ ਜੋਤੀ ਜੀ, ਮੈਨੂੰ ਖੁਸ਼ੀ ਹੋਈ ਕਿ ਤੁਹਾਨੂੰ ਆਪਣੇ ਭਰਾਵਾਂ ਨੂੰ ਮਿਲੇ ਸਭ ਤੋਂ ਪਹਿਲਾਂ। ਔਰ ਤੁਸੀਂ, ਉਹਨਾਂ ਦੇ ਮਨ ਵੀ ਭਰਿਆ, ਅੱਖਾਂ ਵੀ ਭਰੀਆਂ। ਮੇਰੀ ਗੱਲ ਸੁਣੋ ਭਾਜੀ, ਦੇਖੋ ਅਸੀਂ ਸਰਕਾਰ ਨੂੰ ਮੰਨਦੇ ਆ, ਔਰ ਨਾ ਇਹਨਾਂ ਨੂੰ ਚਾਹੇ ਕੋਈ ਵੀ ਆ, ਜਦੋਂ ਆਪਣਾ ਮਨ ਸਾਡਾ ਦਿਮਾਗ ਚੱਜਦਾ ਨਾ, ਆਪਾਂ ਨੂੰ ਕੋਈ ਬਕਾਵੇ ਚ ਨਹੀਂ ਲੈ ਸਕਦਾ। ਅੱਗੇ ਤੋਂ ਮੀਡੀਆ ਦੀ ਯੋਧਾ ਨਹੀਂ ਯੂਜ਼ ਕਰਨਾ ਠੀਕ ਹੈ ਭਾਜੀ? ਯੂਜ਼ ਦੀ ਗੱਲ ਹੀ ਨਹੀਂ, ਤੁਸੀਂ ਫਿਰ ਉਹੀ ਗੱਲ ਕਰ ਰਹੇ ਹੋ। ਨੌਬਤ ਹੀ ਨਹੀਂ ਆਉਣੀ, ਔਰ ਪਹਿਲੀ ਗੱਲ ਤਾਂ ਭਾਜੀ ਇਹ ਨੌਬਤ ਹੀ ਨਹੀਂ ਆਊਗੀ, ਸਭ ਤੋਂ ਵੱਡੀ ਗੱਲ ਇਹ ਆ, ਕਦੀ ਵੀ ਨਹੀਂ ਠੀਕ ਆ। ਔਰ ਚਲੋ ਇਹ ਉਹ ਕੀ ਆ, ਭੰਗ ਵਗੈਰਾ ਚਲੋ ਪੀਂਦੇ ਨੇ, ਨਹੀਂ ਮੈਂ ਹੱਸ ਰਹੀ ਹਾਂ, ਮੈਂ ਹੱਸ ਹੱਸ ਮੈਂ ਸੀ ਨੋਰਮਲ ਗੱਲ ਕਰਦੀ। ਹੁਣ ਕਈ ਵਾਰੀ ਤੁਸੀਂ ਸਾਡਾ ਪਰਿਵਾਰ ਆ ਭਾਜੀ, ਡਰ ਨਹੀਂ, ਉਹਨੇ ਨਹੀਂ ਕਰਨਾ ਮੇਰੇ ਕੋਲ ਹਾਸਾ ਮਜ਼ਾਕ ਪਰਿਵਾਰ ਹੀ ਸਾਨੂੰ ਇਹ ਨਹੀਂ ਕੋਈ ਵੀ ਇਦਾਂ, ਅਸੀਂ ਦਿਲ ਦੇ ਸਾਫ ਬੰਦੇ ਆ। ਸਭ ਭੰਗ ਵੀ ਐਨਡੀਪੀਐਸ ਚੰਦਾ। ਹੁਣ ਤੁਸੀਂ ਦੇਖੋ ਕਈ ਵਾਰੀ ਆਈਜ਼ ਉਹਨਾਂ ਦੀਆਂ ਲਾਲ ਹੁੰਦੀਆਂ ਜਾਂ ਕੁਝ ਵੀ ਨਾ, ਚਿਹਰਾ ਬੜਾ ਲਾਲ ਹੋ ਜਾਂਦਾ, ਤਾਂ ਮੈਨੂੰ ਕਈ ਵਾਰੀ ਗੁੱਸਾ ਆ ਜਾਣਾ ਇਸ ਚੀਜ਼ ਦਾ, ਯਾਰ ਕੀ ਖਾਂਦੇ ਜਾਂ ਕੀ ਨਹੀਂ, ਉਹ ਤੇ ਥੋੜਾ ਹੋ ਜਾਂਦਾ। ਹੋਰ ਆਪਾਂ ਨੂੰ ਤੁਹਾਡੀਆਂ ਦੁਆਵਾਂ ਨੇ। ਹਾਂਜੀ, ਮੈਂ ਕਿਹਾ ਇਸ ਕਰਕੇ ਨਹੀਂ, ਇਹਦਾ ਲਾਲ ਹੋ ਜਾਂਦਾ, ਮੇਰਾ ਹੁੰਦਾ ਨਹੀਂ। ਮਹਾਰਾਜ ਦੀ ਕਿਰਪਾ। ਔਰ ਤੁਸੀਂ ਮੈਨੂੰ 8 ਸਾਲ ਤੋਂ ਮਿਲ ਰਹੇ ਹੋ, ਹਰ ਜਗ੍ਹਾ ਕਦੀ ਕਿਸੇ ਨਾਲ ਡਿਸਰਿਸਪੈਕਟ ਹੋਇਆ ਹੋਵੇ, ਕੁਨਾਲ ਜਾਂ ਜੋਤੀ ਜੀ, ਏਦਾਂ ਨਹੀਂ ਹੋਇਆ ਕਦੀ। ਤੁਸੀਂ ਸਾਡੀ ਫੈਮਿਲੀ ਹੋ ਭਾਜੀ, ਸਾਰੀ ਫੈਮਿਲੀ, ਸਾਡੀ ਪੂਰੀ ਫੈਮਿਲੀ ਦੀ ਬਹੁਤ ਮਿਹਨਤ ਹੈ। 15 ਅਗਸਤ ਤੇ ਤੁਹਾਡੀ ਦੁਆ ਜਿਹੜੀ ਲਾਈਫ ਜਿਹੜੀ ਜੋੜੀ ਦੀ ਹੈ ਉਹ ਬਹੁਤ ਲੰਬੀ ਚੱਲੀ, ਉਹਦੇ ਕੈਡ ਲਾ ਦਈਏ ਸਾਰੇ ਜਣੇ, ਲਾ ਦਿਓ ਭਾਜੀ ਯਾਰ। 20 ਕਰੋੜ ਤੋਂ ਥੋੜਾ ਜਿਹਾ ਬਜਟ ਲੀ ਹੋਏਗਾ ਭਾਜੀ, ਸਾਡਾ ਦਰਬਾਰਾ ਤੋਂ ਤੁਸੀਂ ਪੁੱਛਣ ਜਾਓਗੇ ਤਾਂ ਸਾਡਾ ਪਹਿਲਾਂ ਹੀ ਐਪਰੀਸ਼ੀਏਟ ਬਹੁਤ ਆ ਸਾਰੇ ਫਕੀਰਾਂ ਨਾਲ, ਜਿਹੜੇ ਰਲ ਗਏ ਉਹਦਾ ਕਾਰਨ ਹੀ ਇਹ ਆ ਕਿ ਦੁਆ ਉਸ ਫਕੀਰਾਂ ਦੀ ਬਹੁਤ ਆ ਸਾਡੇ ਨਾਲ। ਚਲੋ, ਘਰ ਵਸਣ ਦੇ ਜੋਤੀ ਜੀ ਵੀ ਵਧੀਆ ਜੀ ਲਾਈਨਾਂ ਸੁਣਾ ਦੋ, ਫਿਰ ਅਸੀਂ ਵੀ ਖੁਸ਼ੀ ਖੁਸ਼ੀ ਅੱਗੇ ਚੱਲੀਏ। ਔਰ ਕੱਲ ਪਹਿਲਾਂ ਹੀ ਸ਼ੋਅ ਸਾਡਾ ਦਰਬਾਰ ਰੋਡ ਕੇ ਬਾਬਾ ਚਿੰਤਾ ਭਗਤ ਜੀ ਦੇ ਰਾਤ ਦਾ, ਤਾਂ ਕੱਲ ਤੋਂ ਤੁਹਾਡੀ ਦੁਆ ਸਦਕੇ ਅਸੀਂ ਪੂਰੀ ਟੀਮ। ਪਹਿਲਾਂ ਕਹਿੰਦੇ ਕਿ ਤੁਸੀਂ ਕੁਝ ਵਧੀਆ ਜਿਹਾ ਸੁਣਾਓ, ਤੁਸੀਂ ਸੁਣਾਓ ਪਹਿਲਾਂ। ਹਾਂਜੀ, ਮੈਂ ਜਸੂਦੀ ਜੀ ਸੁਣਾਓ ਜੀ, ਮੈਂ ਤਾਂ ਇਹਨਾਂ ਇਹ ਵੀ ਬਹੁਤ ਵਧੀਆ ਗੱਲਾਂ ਕਰਦੇ ਆ ਬਾਅਦ ਚ ਜਿਨ੍ਹਾਂ ਨੇ ਕਿਹਾ ਸੀ। ਅੱਛਾ ਅੱਛਾ, ਚਲੋ ਤੁਸੀਂ ਸੁਣਾਓ ਪਹਿਲਾਂ। ਅੱਲਾਹੂ ਦਾ ਆਵਾਜ਼ ਆਵੇ ਖੁੱਲੀ ਨੀ ਫਕੀਰ ਦੀ ਵਿੱਚੋਂ, ਅੱਲਾਹੂ ਦਾ ਆਵਾਜ਼ ਆਵੇ ਖੁੱਲੀ ਨੀ ਫਕੀਰ ਦੀ ਵਿੱਚੋਂ। ਹਾਂਜੀ, ਇਹਦਾ ਔਰ ਸੁਲਤਾਨਾ ਜੀ ਦੀ ਮਿਹਨਤ ਦਾ ਤੁਹਾਨੂੰ ਇੱਕ ਚੀਜ਼ ਦੱਸਦਾ, ਇਹ ਇੰਨਾ ਬਿਮਾਰ, ਇੰਨਾ ਸਾਰਾ ਕੁਛ, ਮੈਂ ਵੀ ਨਾਲ ਇੱਦਾਂ ਹੀ, ਅਸੀਂ ਭਾਜੀ ਮਰ ਮਰ ਕੇ ਅੱਜ ਬੰਬੇ, ਕੱਲ੍ਹ ਅਸੀਂ ਦਿੱਲੀ, ਪਰਸੋਂ ਬੈਂਗਲੌਰ, ਇੱਦਾਂ ਸੁੱਤੇ ਨਹੀਂ ਕਿੰਨੇ ਸਾਲ ਭਾਜੀ। ਔਰ ਅੱਜ ਜਦੋਂ ਇਹ ਮੁਕਾਮ ਆਇਆ ਨਾ, ਅਸੀਂ ਛਾ ਗਏ ਹਾਂ, ਸਾਰੇ ਦੇਖਦੇ ਹਾਲੀਵੁੱਡ ਸਭ ਜਗ੍ਹਾ ਵੀ ਇਹਨਾਂ ਦੀ ਰੀਲਸ ਚੱਲ ਰਹੀਆਂ, ਉਹ ਭਾਜੀ ਬਰਦਾਸ਼ਤ ਨਹੀਂ ਹੋ ਰਿਹਾ ਕਈ ਜੋ ਜਾਣਿਆਂ ਤੋਂ। ਤਾਂ ਮੈਂ ਸਾਡੀ ਮਿਹਨਤ ਆ ਭਾਜੀ, ਅਸੀਂ ਕਿਸੇ ਦਾ ਤਾਂ ਨਹੀਂ ਚੁੱਕ ਕੇ ਲੈ ਕੇ ਆਉਂਦੇ ਜਾਂ ਕਿਸੇ ਨੂੰ ਤਾਂ ਨਹੀਂ ਕੁਛ ਕਹਿੰਦੇ, ਚੰਗਾ ਗਾਉਂਦੇ ਹਾਂ ਭਾਜੀ ਯਾਰ। ਹਾਂਜੀ, ਨਹੀਂ 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 ਇਹ ਦੱਸੋ ਕਮਾਲ ਹੈ ਕਰੂੰਗਾ।
ਯਾਰ ਪੰਗੀ ਨਾਲ ਮੇਲੇ ਹੋਏ ਤਾਂ ਹਾਂਜੀ ਅੱਜ ਯਾਰ ਪੰਗੀ ਨਾਲ ਮੇਲੇ ਹੋਏ ਤਾਂ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਠੀਕ ਹੈ ਏਦਾਂ ਨਹੀਂ ਬਾਜੀ ਤਾਂ ਮਹਾਰਾਜ ਦੀ ਬੜੀ ਕਿਰਪਾ ਆ ਤੁਸੀਂ ਸਾਰੇ ਜਾਣੇ ਔਰ ਮੈਂ ਪੂਰੀ ਦੁਨੀਆ 'ਚ ਡੀਲ ਕਰਦਾ ਭਾਜੀ ਔਰ ਮੇਰੇ ਵਰਗੀ ਡੀਲਿੰਗ ਨਹੀਂ ਕੋਈ ਕਰ ਸਕਦਾ ਸੁਣਾਦੇ ਫਿਰ ਕੁਛ ਨਹੀਂ ਮੈਂ ਭਾਜੀ ਮੈਂ ਗਾਈ ਨਹੀਂ ਸਾਈ ਨਾ ਇਹਨਾਂ ਦੇ ਨਾਲ ਬੈ ਕੇ ਕੋਈ ਕੋਈ ਸ਼ੇਰ ਸ਼ੂਰ ਕਹਿੰਦੇ ਸੁਣਾ ਦੇ ਨਹੀਂ ਮੈਂ ਕੀ ਸੁਣਾ ਸਕਦਾ ਤੁਹਾਡੀਆਂ ਔਰ ਸੰਗਤ ਦੀਆਂ ਦੁਆਵਾਂ ਨਾਲ ਹੀ ਜਿਨ੍ਹਾਂ ਨਾਲ ਤੁਹਾਡੀਆਂ ਔਰ ਸੰਗਤ ਦੀਆਂ ਦੁਆਵਾਂ ਉਹਨਾਂ ਨੂੰ ਤੱਤੀਆਂ ਨਹੀਂ ਲੱਗਦੀਆਂ ਹਵਾਵਾਂ ਹਾਂ ਥੈਂਕ ਯੂ ਜੀ ਥੈਂਕ ਯੂ ਰਮੇਸ਼ ਰੇਸ਼ਮੀਆ ਭਾਜੀ ਨਾਲ ਜੋਤੀ ਜੀ ਦਾ ਸੌਂਗ ਰਿਲੀਜ਼ ਹੋਇਆ ਸੀ 7 ਤਰੀਕ ਨੂੰ ਜੋ ਵਿਦਾਈ ਉਹਦੇ ਵਿੱਚ ਹੈ ਮੂਵੀ ਰਕਸ਼ਾ ਬੰਧਨ 'ਚ ਅਕਸ਼ੇ ਦੀ ਮੂਵੀ 'ਚ ਅਕਸ਼ੇ ਕੁਮਾਰ ਭਾਜੀ ਦੀ ਮੂਵੀ 'ਚ ਹੈ ਔਰ ਇਹਦੇ ਵਿੱਚ ਅਰੀਜੀਤ ਔਰ ਜੋਤੀ ਜੀ ਦਾ ਸੌਂਗ ਅਮਿਤ ਜੀ ਦੀ ਮੂਵੀ 'ਚ ਕੱਲ੍ਹ ਰਿਲੀਜ਼ ਹੋਇਆ ਲਾਲ ਸਿੰਘ ਚੱਡਾ 'ਚ ਤਾਂ ਉਹ ਆ ਇਸ ਦਿਨਾਂ ਦੇ ਵਿੱਚ ਕੁਛ ਵੀ ਸ਼ੇਅਰ ਨਹੀਂ ਕਰ ਹੋਇਆ ਤਾਂ ਤੁਹਾਡਾ ਬੜਾ ਪਿਆਰ ਮਿਲ ਰਿਹਾ ਉਸ ਗਾਣਿਆਂ ਨੂੰ ਵੀ ਤਾਂ ਲਾਲ ਸਿੰਘ ਚੱਡਾ ਵਾਲਾ ਤੁਰ ਕੱਲਿਆ ਵੇ ਛੱਲਾ ਚੱਲ ਵੇ ਤੁਰ ਕੱਲਿਆ ਛੱਡ ਰੰਜ ਦੀਆਂ ਗਲੀਆਂ ਚੱਲ ਵੇ ਤੁਰ ਕੱਲਿਆ ਤੁਰ ਕੱਲਿਆ ਵੇ ਛੱਲਾ ਚੱਲ ਵੇ ਤੁਰ ਕੱਲਿਆ ਛੱਡ ਰੰਜ ਦੀਆਂ ਗਲੀਆਂ ਚੱਲ ਵੇ ਤੁਰ ਕੱਲਿਆ